ਜਾਂ ਕਈ ਵਾਰ ਕਿਸ ਨੂੰ ਗੀਤ ਦਿੰਦੇ ਹਾਂ ਉਹ ਕਹਿ ਦਿੰਦਾ ਇੱਥੋਂ ਚੇਂਜ ਕਰ ਲਓ ਜੀ, ਇੱਥੋਂ ਬਦਲ ਲਓ, ਇੱਦਾਂ ਕਰ ਲਓ, ਵਾਹ ਕਰ ਲਓ। ਫਿਰ ਜੇ ਤੁਸੀਂ ਬਦਲ ਹੀ ਦਿੱਤਾ ਜਾਂ ਉਹਨਾਂ ਨੇ ਬਦਲਤਾ, ਉਹਦੇ ਵਿੱਚ ਤੁਹਾਡੀ ਸੋਚ ਨਹੀਂ ਰਹਿੰਦੀ, ਮੌਲਿਕ ਸੋਚ। ਤਾਂ ਹੀ ਗਾਉਣ ਵਾਲੇ ਪਾਸੇ ਪੰਗਾ ਲਿਆ ਵੀ ਜਿਹੜੇ ਗਾਣੇ ਆਪਣੇ ਆਪਣੇ ਨੇੜੇ ਆ, ਆਤਮਾ ਦੇ ਨੇੜੇ ਆ, ਜਾਂ ਆਪਣਾ ਦਿਲ ਕਰਦਾ, ਜੇ ਨਹੀਂ ਕੋਈ ਗਾਉਂਦਾ ਖੁਦ ਗਾਵਾਂਗੇ, ਰੁੜਨ ਨਹੀਂ ਦੇਣੇ ਉਹ। ਕਿਤੇ ਵੀ ਸੋਸ਼ਲ ਮੀਡੀਆ 'ਤੇ ਨਹੀਂ ਚੰਗਾ ਲੱਗਿਆ, ਤੁਸੀਂ ਉਹਦੇ ਥੱਲੇ ਲਿਖੋ ਬਾਈ ਵਧੀਆ ਨਹੀਂ ਲੱਗਿਆ, ਚੰਗੀ ਕੋਸ਼ਿਸ਼ ਨਹੀਂ, ਇਹਦੇ ਨਾਲ ਗਲਤ ਪ੍ਰਭਾਵ ਪੈ ਰਿਹਾ, ਵੀ ਸੁਧਾਰ ਕਰੋ ਜਾਂ ਚੰਗਾ ਕਰੋ। ਹੁਣ ਇਹ ਥੋੜ੍ਹਾ ਵੀ ਉਹਦੇ ਥੱਲੇ ਗਾਲਾਂ ਲਿਖੋ, ਤੁਸੀਂ ਐਂ ਦੱਸੋ ਮੇਰੇ ਗਾਣੇ ਗਾਉਣ ਨਾਲ ਤਾਂ ਸੱਭਿਆਚਾਰ ਖਰਾਬ ਹੋ ਗਿਆ, ਜਿਹੜੀਆਂ ਥੱਲੇ ਤੁਸੀਂ ਗਾਲਾਂ ਲਿਖਦੇ ਹੋ ਉਹ ਵੀ ਤਾਂ ਕਿਸੇ ਦੀ ਧੀ ਭੈਣ ਮਾਂ ਕੋਈ ਪੜ੍ਹੂ। ਉਦੋਂ ਕਿੰਨੀ ਸੋਹਣੀ ਨੀ ਤੂੰ ਲੱਗਿਆ ਕਰੇਂਗੀ, ਗੋਤੀ ਚੱਕਿਆ ਕਰੇਂਗੀ ਜਦੋਂ ਮੁੰਡਾ ਜੱਟ ਦਾ। ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ, ਮਾਣ ਪੰਜਾਬ ਦਾ।